ਤਹਿਸੀਲ ਸਮੜਿਆਲ ਦੇ ਇਲਾਕਾ ਬੇਲਾ ਦੀ ਮਸ਼ਹੂਰ ਮਾਰੂਫ ਰੂਹਾਨੀ ਅਤੇ ਮਰਜ਼ੂਬ ਸ਼ਖਸੀਅਤ ਹਾਫਜ਼ ਮੁਹੰਮਦ ਅਕਰਮ ਸ਼ਹੀਦ ਰਹਿਮਤੁੱਲਾ ਅਲੈਹ ਦੇ ਮਜ਼ਾਰ 'ਤੇ ਮੇਲੇ ਦੀਆਂ ਰੌਣਕਾਂ ਲੱਗ ਚੁੱਕੀਆਂ ਨੇ। ਥੋੜ੍ਹੀ ਦੇਰ ਵਾਸਤੇ ਤਨਕੀਦ ਦੀ ਐਨਕ ਨੂੰ ਲਾ ਕੇ ਮੁਹੱਬਤ ਅਤੇ ਅਹਿਸਾਸ ਦੀ ਐਨਕ ਨਾਲ ਵੇਖੋ ਕਿ ਕਿੰਨੇ ਗਰੀਬਾਂ ਨੂੰ ਲੰਗਰ ਦੀ ਸੂਰਤ 'ਚ ਫ੍ਰੀ ਖਾਣਾ ਮਿਲ ਰਿਹਾ ਅਤੇ ਕਿੰਨਿਆਂ ਮਾੜਿਆਂ ਨੂੰ ਰੋਜ਼ਗਾਰ ਮਿਲ ਰਿਹਾ। ਪੰਜ ਰੁਕਣ ਇਸਲਾਮ ਦੇ ਅਤੇ ਛੇਵਾਂ ਫ੍ਰੀ ਦਾ ਟੁੱਕ, ਜੇ ਨਾ ਲੱਭੇ ਛੇਵਾਂ ਅਤੇ ਪੰਜੇ ਜਾਂਦੇ ਮੁੱਕ। ਸਾਹਿਬ ਮਜ਼ਾਰ ਨੇ ਆਪਣੀ ਜ਼ਿੰਦਗੀ ਦੁਨੀਆ ਨੂੰ ਤਰਕ ਕਰਕੇ ਅਤੇ ਖੁਦਾ ਦੀ ਮੁਹੱਬਤ ਦੇ ਵਿੱਚ ਆਪਣੇ ਆਪ ਨੂੰ ਫਨਾ ਕਰਕੇ ਗੁਜ਼ਾਰੀ ਹੈ। ਇੱਕ ਸਾਹਿਬ ਕਰਾਮਤ ਵਲੀ ਆਉਣ ਦੇ ਬਾਵਜੂਦ ਆਪ ਦੇ ਅੰਦਰ ਇੰਨੀ ਆਰਜ਼ੀ ਸੀ ਕਿ ਆਪ ਆਪਣੇ ਕੋਲ ਆਉਣ ਵਾਲਿਆਂ ਨੂੰ ਮੁਸਕੁਰਾ ਕੇ ਅਤੇ ਭਰਾ ਬਣ ਕੇ ਮਿਲਦੇ ਸਨ। ਇਸ ਵਜ੍ਹਾ ਤੋਂ ਆਪ ਭਾਈਜਾਨ ਦੇ ਨਾਂ ਤੋਂ ਮਸ਼ਹੂਰ ਹੋਏ। ਰੱਬ ਬੜਾ ਬੇਪਰਵਾਹ ਹੈ, ਜਿਹਨੂੰ ਚਾਹੁੰਦਾ ਸੋਨਾ ਕਰ ਦਿੰਦਾ ਅਤੇ ਜਿਹਨੂੰ ਚਾਹੁੰਦਾ ਮਿੱਟੀ ਕਰ ਦਿੰਦਾ। ਤੇਰੇ ਮੇਰੇ ਮੰਨਣ ਨਾਲ ਜਾਂ ਨਾ ਮੰਨਣ ਨਾਲ ਕੀ ਫਰਕ ਪੈਣਾ? ਗੁਨਾਹਗਾਰ ਹੋ ਜਾਣਾ ਬੇਅਦਬ ਹੋਣ ਨਾਲੋਂ ਬਿਹਤਰ ਹੈ। ਰੱਬ ਨਾਲ ਪਿਆਰ ਕਰੋ, ਫਿਰ ਜਿਹੜੇ ਰੱਬ ਦੇ ਨੇ ਉਹਨਾਂ ਨਾਲ ਪਿਆਰ ਕਰੋ, ਸਾਰੇ ਤੁਹਾਡੇ ਨਾਲ ਪਿਆਰ ਕਰਨ ਦੇ। ਜੇ ਗੱਲ ਚੰਗੀ ਲੱਗੀ ਹੈ ਤਾਂ ਸਾਡੇ ਨਾਲ ਵੀ ਪਿਆਰ ਕਰੋ, ਅੱਗੇ ਜੋ ਰੱਬ ਦੀ ਮਰਜ਼ੀ ਹੈ। ਖੈਰ ਹੋਵੇ, ਗੁੱਡ ਨਾਈਟ।